अमृतसर के पिंड मेणिया विखे एक व्याहता दा पेत भरे हालात विच मौत हो जाण दी घटना सामने आई है। घटना की जानकारी देंदे हुए मृतका बिंदर कौर के पति शमशेर सिंह ने दसिया कि उसकी पत्नी बिंदर कौर नूं बीती रात नामालूम व्यक्ति जहर दे के उसके घर के बाहर सुट गए सन। पुलिस अधिकारी ने दसिया कि बिंदर कौर का सुखविंदर सिंह सुखे के नाल किसे गल नूं लैके झगड़ा होया अते उन्होंने जहर दे के उसनूं उसके घर के बाहर सुट दिता। पुलिस वालों वीडियो के आधार पर मामला दर्ज कर लिया गया है अते दोषियों की गिरफ्तारी लई छापेमारी की जा रही है। जिक्रयोग है कि जब सुखविंदर सिंह बिंदर कौर नूं उसके घर के बाहर जहर दे के सुट गया तो उसके पति वालों बिंदर कौर नूं पुछते हुए एक वीडियो बनाई गई सी जिस विच बिंदर कौर कहती हुई नज़र आ रही है कि उसनूं जहर सुखविंदर सिंह वालों दिता गया है। ब्यूरो रिपोर्ट अमृतसर पेज। ਸ਼ਮਸ਼ੇਰ ਸਿੰਘ ਆ ਜਿਹੜੀ ਘਰਦੀ ਆ ਭਜਨ ਬਾਕੀ ਜਿਹੜਾ ਮੈਣੀ ਅਖਬਾਰਾ ਬਿੰਦਰ ਕੌਰ ਉਹਦਾ ਨਾਮ ਆ ਉਹ ਸੁਖਬੀਰ ਸਿੰਘ ਸੁੱਖਾ ਜਿਹੜਾ ਵਾ ਰਾਜਨੀਤੀ ਦੇ ਨਾਲ ਉਹਦੇ ਰਿਲੇਸ਼ਨ ਸੀ ਉਹ ਕਹਿੰਦੇ ਵੀ ਉਹਨਾਂ ਦਵਾਈ ਕਰਦਾ ਛੱਡ ਕੇ ਹੁਣ ਪਤਾ ਲੱਗੂ ਮੈਡੀਕਲ ਦੇ ਵਿੱਚ ਬੰਦੇ ਮਾਰ ਕੇ ਛੁੱਟ ਕੇ ਘਰ ਦੇ ਬਾਹਰ ਗਏ ਮੈਡੀਕਲ ਪਤਾ ਲੱਗੂਗਾ ਪੋਸਟਮਾਰਟਮ ਹੋਣ ਦੇ ਪਤਾ ਲੱਗੂਗਾ ਉਹਦਾ ਨਾਂ ਲਿਖਣਾ ਸੁਖਬੀਰ ਸਿੰਘ ਸੁੱਖਾ ਨਾ ਜੀ ਵੀਡੀਓ ਆਈ ਆ ਵਿੱਚ ਰਾਤ ਨੂੰ ਪਤਾ ਲੱਗਾ ਮਾਰ ਕੇ ਸੁੱਟ ਗਿਆ ਨੰਬਰ ਸਾਨੂੰ ਇਨਸਾਫ ਹੋਣਾ ਚਾਹੀਦਾ ਅੰਕਲ ਜੀ ਮੈਂ ਤੇ ਡੈਡੀ ਕੋ ਗਈ ਹਾਂ ਤੇ ਮੰਮੀ ਵੀ ਡੈਡੀ ਕੋ ਹੀ ਡੈਡੀ ਵੀ ਉੱਥੇ ਤੇ ਅਸੀਂ ਨਾ ਡੈਡੀ ਤੇ ਮੈਂ ਉੱਥੇ ਰਹਿ ਪਈ ਤੇ ਮੰਮੀ ਘਰੇ ਆ ਗਏ ਤੇ ਦੋਵੇਂ ਬੱਚੇ ਸਕੂਲ ਗਏ ਮੈਂ ਮੇਰੀ ਮਟਰਾਂ ਨੂੰ ਗਈ ਸੀ ਤੇ ਸਾਨੂੰ ਗੱਲ ਦਾ ਨਹੀਂ ਪਤਾ ਕਿ ਦੁਪਹਿਰੇ ਕਿਹਨੂੰ ਦੱਸ ਕੇ ਗਏ ਇਕੱਲੇ ਗਏ ਆ ਤੇ ਅਸੀਂ ਲੱਭਦੇ ਰਹੇ ਤੇ ਪਰ ਸ਼ਾਮਾਂ ਤੱਕ ਲੱਭੇ ਨਹੀਂ ਤੇ ਰਾਤ ਕੋਈ 9 ਵਜੇ ਤੋਂ ਕੋਈ ਨਾ ਦੋ ਬੰਦੇ ਤੇ ਮਾਰ ਕੇ ਸੁੱਟ ਗਏ ਤੇ ਬੂਹੇ ਗਾੜੀ ਪੁਲਿਸ ਨੂੰ ਨਹੀਂ ਹਜੇ ਦੱਸਿਆ ਹੋਣੀ ਪਰ ਕਾਰਵਾਈ ਹੋਣ ਦੀ ਆ ਉਹਨਾਂ ਦਾ ਬਸ ਇਹੋ ਫੋਨ ਤੇ ਬੋਲਿਆ ਹੈ ਕਿ ਗੋਰੇ ਲੰਗਲ ਤੋਂ ਨਾ ਕੋਈ ਮਿਸਤਰੀ ਆ ਸੁੱਖਾ ਸੁੱਖਾ ਮਿਸਤਰੀ ਆ ਤੇ ਉਹਨਾਂ ਜ਼ਹਿਰ ਪਿਆ ਦਿੱਤਾ ਉਹਨਾਂ ਨੂੰ ਦਵਾਈ ਆ ਹਾਂਜੀ ਤੋਤੇ ਵੀ ਗਿੱਲੇ ਹੋਏ ਸਾਨੂੰ ਇਹੋ ਕਿ ਇਨਸਾਫ਼ ਹੀ ਮਿਲਿਆ ਦੀ ਮੰਮੀ ਨੂੰ ਕਿਸੇ ਕਿਸੇ ਵੇਲੇ ਮੰਮੀ ਨੂੰ ਜ਼ਿਆਦੀਆਂ ਧਮਕੀਆਂ ਦੋ ਕੁ ਦਿਨ ਧਮਕੀਆਂ ਮਿਲਦੀਆਂ ਰਹੀਆਂ ਪਰ ਮੈਂ ਡੈਡੀ ਨੂੰ ਨਹੀਂ ਦੱਸਿਆ ਨਾ ਮੰਮੀ ਮੰਮੀ ਨੇ ਇਹੋ ਕਿਹਾ ਕਿ ਗੋਰੇ ਨੰਗਲ ਤੋਂ ਮਿਸਤਰੀ ਆ ਤੇ ਉਹਨਾਂ ਦਵਾਈ ਦਿੱਤੀ ਆ ਤੇ ਸੁਖਬੀਰ